ਹਾਂ ਤੇ ਉੱਥੇ ਵੀ ਹੈਗੀ, ਤੈਨੂੰ ਸੂਟਾਂ ਲੱਗ ਕੇ ਆ ਕੇ ਤੇ ਨਿਸ਼ਾਨ ਲੱਭ ਰਹੀ ਹੈ ਨਾ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਤੁਹਾਡੀ ਸਾਰਿਆਂ ਦੀ ਭੈਣ ਰਮਨਦੀਪ ਕੌਰ। ਕੀ ਹਾਲ ਚਾਲ ਸਾਰਿਆਂ ਦਾ? ਸਾਰੇ ਠੀਕ ਠਾਕ ਜੇ? ਕੀ ਹਾਲ ਚਾਲ ਦੋਸਤੋ? ਤੇ ਇੱਧਰ ਮੇਰੇ ਨਾਲ ਬੈਠੇ ਜੀ ਨੇ ਮੇਰੇ ਪਤੀ ਪਰਮੇਸ਼ਵਰ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਹੋਪ ਸੋ ਕਿ ਸਾਰੇ ਵਧੀਆ ਹੋਵੋਗੇ, ਗਰਮੀ ਤੋਂ ਰਹਿਤ ਹੋਵੋਗੇ, ਬਚ ਕੇ ਥੋੜਾ ਜਿਹਾ। ਨਿਊਜ਼ ਆਈ ਆ ਕਿ ਗਰਮੀ ਵਿੱਚ ਬੀਬੀ ਰੁਕ ਜੋ, ਨਿਊਜ਼ ਆਈ ਆ ਵੀ ਇੱਕ ਲੇਡੀ ਸੀ ਇੱਦਾਂ ਕੱਪੜੇ ਧੋਣ ਡਏ ਸੀ ਤੇ ਗਰਮੀ ਇੰਨੀ ਕੁ ਜ਼ਿਆਦਾ, ਧੁੱਪ ਇੰਨੀ ਕੁ ਜ਼ਿਆਦਾ ਕਿ ਉਹਨਾਂ ਦਾ ਹਾਰਟ ਅਟੈਕ ਨਾ ਇੱਦਾਂ ਹਨਾ ਮੌਤ ਹੋ ਗਈ। ਤੇ ਗੱਲ ਬਸ ਕੁੱਲ ਮਿਲਾ ਕੇ ਆ ਕਿ ਗਰਮੀ ਬਹੁਤ ਜ਼ਿਆਦਾ ਪੈਣ ਡੀ ਆ। ਜੇ ਤੁਸੀਂ ਕੱਪੜੇ ਕੁੱਪੜੇ ਧੋਣੇ ਸਵੇਰੇ ਸਵੇਰ ਧੋੜੋ, ਸ਼ਾਮੀ ਧੋੜੋ, ਸਵੇਰੇ ਸਵੇਰ ਜਿਹੜਾ ਕੰਮ ਕਰਨਾ ਕਰ ਲਓ, ਸ਼ਾਮੀ ਜਿਹੜਾ ਕੰਮ ਕਰਨਾ ਕਰ ਲਓ, ਦੁਪਹਿਰੇ ਧੁੱਪ ਦੇ ਵਿੱਚ ਕੋਈ ਇਹੋ ਜਿਹਾ ਕੰਮ ਨਾ ਕਰੋ, ਸਪੈਸ਼ਲੀ ਜਿਨ੍ਹਾਂ ਦੀ ਹਾਰਟ ਰੇਟ ਵਗੈਰਾ ਵੱਧਦੀ ਆ ਉਹ ਤਾਂ ਜਾਣੇ ਇਹੋ ਜਿਹਾ ਕੰਮ ਨਾ ਹੀ ਕਰੋ ਕਿ ਐਵੇਂ ਹਨਾ ਬਾਅਦ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਅਤੇ ਅੱਜ ਆਪਾਂ ਮੜਾ ਚੱਲੇ ਹਾਂ ਗੁਰਦਾਸਪੁਰ। ਗੁਰਦਾਸਪੁਰ ਥੋੜ੍ਹਾ ਜਿਹਾ ਕੰਮ ਸੀ, ਨਾਲੇ ਬੈਂਕ ਦਾ ਮੈਂ ਉਹ ਖਤਮ ਕਰ ਆਈਏ, ਨਾਲੇ ਹੋਰ ਵੀ ਬਾਜ਼ਾਰ 'ਚ ਇੱਕ ਦੋ ਚੀਜ਼ ਵੈਸੇ ਜਿਹਦੇ ਲਿਆਉਣੀ ਆ, ਮੈਂ ਉਹ ਲੈ ਆਈਏ ਸ਼ੋਪਿੰਗ ਸ਼ੁਪਿੰਗ। ਬਾਅਦ 'ਚ ਸੂਟ ਸੀਨੇ ਦਿੱਤੇ ਸੀ ਉਹ ਲੈ ਕੇ ਆਉਣੇ ਆ, ਬੜੇ ਕੰਮ, ਕਿਉਂਕਿ ਕੱਲ੍ਹ ਆਪਾਂ ਮੁੜ ਜਾਣਾ ਚੰਡੀਗੜ੍ਹ ਅਤੇ ਅੱਜ ਜਿੰਨੇ ਕੰਮ ਆ ਸਾਰੇ ਇੱਕ ਵਾਰੀ ਖਤਮ ਕਰ ਦੇਣੇ ਆ। ਅਤੇ ਮੈਂ ਹਾਂ, ਤੁਸੀਂ ਪੁੱਛਣਾ ਮੈਂ ਹਾਂ ਚੂੜਾ ਪਾਇਆ, ਮੈਂ ਫਿਰ ਪਾ ਲਿਆ ਆ ਅਤੇ ਹੁਣ ਥੋੜ੍ਹਾ ਛੋਟਾ ਪਾਇਆ ਵਾ। ਅਤੇ ਮੈਂ ਕਿਹਾ ਚਲੋ ਇਹ ਤਾਂ ਇੱਕ ਹਿਸਾਬ ਦੀਆਂ ਚੂੜਾ ਨਹੀਂ ਕਹਿ ਸਕਦੇ, ਚੂੜੀਆਂ ਟਾਈਪ ਹੀ ਹੋ ਜਾਂਦਾ ਹੈ ਨਾ। ਮੈਂ ਕਿਤੇ ਬਾਹਰ ਅੰਦਰ ਜਾਣਾ ਜਾਂ ਸ਼ੂਟ ਸ਼ਾਟ ਕਰਨਾ ਉਹਦੇ ਵਾਸਤੇ ਆਪਾਂ ਮਤਲਬ ਉਦੋਂ ਪਾ ਲਿਆ ਕਰਾਂਗੇ। ਵੈਸੇ ਗਰਮੀਆਂ 'ਚ ਤੁਹਾਨੂੰ ਪਤਾ ਬੜੀ ਮੁਸ਼ਕਿਲ ਹੁੰਦੀ ਪਾਇਆ ਹੋਇਆ ਤਾਂ ਜਾਂਦਾ ਨਹੀਂ ਹੈਗਾ, ਪਰ ਹਾਂ ਅਤੇ ਚਲੋ ਮਿਲਦੇ ਹਾਂ ਅਸੀਂ ਵੀ ਗਰਮੀ 'ਚ ਨਿਕਲੇ ਵੈਸੇ ਬਾਹਰ। ਬੈਂਕ 4 ਵਜੇ ਤੇ ਬੈਂਕ ਬੰਦ ਜਾਂਦੇ, ਸ਼ਾਮੀ ਨਿਕਲ, ਸ਼ਾਮੀ ਹੋਣੇ ਚਾਹੀਦੇ ਬੈਂਕ ਬੰਦ। ਨਹੀਂ ਸਵੇਰੇ ਸਵੇਰ ਵੀ ਜਾ ਸਕਦੇ ਹਾਂ, ਅਸੀਂ ਵੀ ਸਲਾਮਾਂ ਤੇ ਸਵੇਰੇ ਕੰਮ ਕੁੰਮ ਵੀ ਕਰਨਾ ਹੁੰਦਾ ਨਾ। ਹਾਂ ਚਲੋ ਇਹ ਤਾਂ ਹੋ ਜਾਂਦਾ ਵੀ ਬਸ ਕੰਮ ਕੁੰਮ ਇੱਦਾਂ, ਚਲੋ ਬੰਦਾ ਗੱਡੀ 'ਚ ਜਾਂਦਾ ਗੱਡੀ 'ਚ ਆਉਂਦਾ, ਪਰ ਫਿਰ ਵੀ ਬੜੀਆਂ ਬਾਜ਼ਾਰ ਤੇ ਤੁਰ ਕੇ ਪਊ ਜਾਣਾ ਪੈਣਾ। ਧੰਨੇ ਸਭ, ਬਹੁਤ ਲੋਕ ਕੰਮ ਕਰਦੇ, ਚਲੋ ਜਿਨ੍ਹਾਂ ਨੂੰ ਮਾਰਾ ਨਹੀਂ ਰੱਖਣਾ ਉਹ ਰੱਖ ਵੀ ਲੈਂਦੇ, ਇਹ ਲੋਕ ਕਈ ਤੇ ਧੁੱਪਾਂ 'ਚ ਦਿਹਾੜੀ ਧੁੱਪੇ ਬਹੁਤ ਕੁਛ ਕਰਦੇ। ਗਾਈਸ ਇਹਨੂੰ ਸੂਟ ਇੱਥੋਂ ਹੀ ਸਵਾ ਤੇ ਯਾਰ, ਕੀ ਕਿੱਥੋਂ ਇੱਥੋਂ ਹੀ ਸਵਾ ਤੇ, ਉੱਥੇ ਮਹਿੰਗਾਈ ਬੜੀ 1500 ਰੁਪਏ 1500 ਦਾ ਸਵਾਈ ਲੈਣ ਡੇ ਤੇ ਸੂਟ ਸਵਾ ਲਏ, ਇੱਥੋਂ 4 ਸੂਟ ਸਵਾ ਲਏ ਮੈਂ ਤੇ ਤੁਹਾਨੂੰ ਦਿਖਾਉਣੇ ਆ ਟੇਲਰ ਕੋਲ ਲੈ ਕੇ ਆਉਣੇ, ਬੜੇ ਸੋਹਣੇ ਡਿਜ਼ਾਈਨ ਸਵਾਏ। ਗੁਰਦਾਸਪੁਰ ਵਾਲੇ, ਉਹ ਗੁਰਦਾਸਪੁਰ ਵਾਲ ਦਾ ਹਾਲ ਆ, ਪਹਿਲਾਂ ਇੱਥੇ ਕੱਛ ਕੁਛ ਨਹੀਂ ਹੁੰਦਾ, ਹੁਣ ਬੱਸ ਸਟੈਂਡ ਬਣ ਗਿਆ, ਹੁਣ ਇੱਥੇ ਕਹਿੰਦੇ ਨੇ ਉੱਥੇ ਤੇ ਭੁੰਡੀਆਂ ਹੈ ਨਹੀਂ, ਹੁਣ ਭੁੰਡੀਆਂ ਵੇਖ ਲਓ ਇੱਥੇ, ਇੱਥੇ ਵੇਖ ਲਓ ਕੱਖ ਨਹੀਂ ਹੁੰਦਾ, ਕੋਈ ਐ ਟਿੰਦਾ ਪਰ ਨਹੀਂ ਮਾਰਦਾ ਤੇ ਮੈਂ ਵੇਖਦਾ ਜੀ ਆਇਆਂ ਨੂੰ। ਇਹ ਰਾਣਾ ਛੋਟਾ ਜਿਹਾ ਬੱਸ ਸਟੈਂਡ, ਉੱਥੇ ਨਿੰਮ ਬੱਸਾਂ ਖਲੋਂਦੀਆਂ ਨਹੀਂ ਹੁੰਦੀਆਂ, ਵੜਦੀਆਂ ਹੀ ਨਿਕਲਦੀਆਂ ਸੀ ਤੇ ਇੰਨੀਆਂ ਬੱਸਾਂ ਵੀ ਨਹੀਂ ਖਲੋਤੀਆਂ ਹੁੰਦੀਆਂ ਕਿਉਂਕਿ ਜਗ੍ਹਾ ਹੀ ਨਹੀਂ ਹੁੰਦੀ। ਹੁਣ ਪਤਾ ਲੱਗਾ ਕਿ ਗੁਰਦਾਸਪੁਰ ਕਿਹੜੇ ਕਿਹੜੇ ਰੂਟ ਨੂੰ ਜਾਂਦਾ ਹੈ, ਤਰੱਕੀ ਹੋ ਗਈ। ਤਰੱਕੀ ਹੋ ਗਈ ਗੁਰਦਾਸਪੁਰ ਦਾ ਹਨੂਮਾਨ ਚੌਂਕ, ਇਹ ਮੇਨ ਚੌਂਕ ਹੈ, ਇਹ ਮੇਨ ਚੌਂਕ ਹੈ, ਮੰਨਿਆ ਪਰ ਮੰਨਿਆ ਜਾਂ ਕਹਿ ਲਓ ਕਿ ਫੇਮਸ ਗੁਰਦਾਸਪੁਰ ਦਾ ਜਹਾਜ਼ ਚੌਂਕ। ਕਹਿੰਦੇ ਸੀ ਇੱਕ ਵਾਰੀ ਇੱਥੇ ਜਹਾਜ਼ ਡਿੱਗ ਗਿਆ ਸੀ ਤੇ ਫਿਰ ਉਦੋਂ ਅਸੀਂ ਚੁੱਕ ਕੇ ਟੰਗ ਲਿਆ, ਟੰਗ ਲਿਆ ਤੇ ਜਹਾਜ਼ ਚੌਂਕ ਬਣ ਗਿਆ। ਨਹੀਂ
ਮੈਂ ਕਰਿਓ ਵੈਸੇ ਅਸੀਂ ਵੇਖਿਆ ਸੀ ਤੇ ਹਾਸਾ ਜਿਹਾ ਆ ਗਿਆ ਵੀ ਕਿੱਥੇ ਲਾਇਆ ਪਤਾ ਨੀ, ਇੱਥੇ ਕੋਈ ਆਉਂਦੇ ਤੇ ਇੱਥੇ ਵਾਧੂ ਜਾਣੇ ਫੇਸ ਏਰੀਆ ਨਾ ਇੱਥੋਂ ਦਾ, ਤਾਂ ਕਰਕੇ ਸਾਹਮਣੇ ਲਾਇਆ। 7 ਫੇਸ ਆ, 3B2 ਆ ਗੁਰਦਾਸਪੁਰ ਦਾ, ਇਸ ਕਰਕੇ ਇੱਥੇ ਸਾਹਮਣੇ ਲਾਇਆ। ਜਿਹਨੂੰ ਰਿਸ਼ਤਾ ਚਾਹੀਦਾ ਆਇਓ। ਅਸੀਂ ਤੇ ਸਿਰ ਤੇ ਚੁੰਨੀਆਂ, ਉਧਰ ਪ੍ਰਭ ਵੀ ਸਵਿੱਟ ਲਈ, ਗਰਮੀ ਬਹੁਤ ਤਪਣ ਡਈ ਬਾਹਰ। ਮੈਂ ਨੀ ਕਿਤੇ, ਮੈਂ ਪ੍ਰਭ ਨੂੰ ਕਿਹਾ ਵੀ ਮੈਂ ਗੱਡੀ ਦੂਰ ਨਾ ਲਾਇਓ, ਵੀ ਮੈਂ ਨੀ ਇੰਨਾ ਧੁੱਪ 'ਚ ਤੁਰ ਕੇ ਜਾਣਾ, ਤੇ ਕਹਿੰਦੇ ਕੈਲਰੀਜ ਬਰਨ ਕਰਨੀਆਂ। ਮੈਂ ਕੈਲਰੀਜ ਬਰਨ ਕਰਨੀ, ਆਪਣਾ ਆਪ ਥੋੜੀ ਬਰਨ ਕਰਨਾ। ਹਾਂ ਤੇ ਉੱਥੇ ਵੀ ਹੈਗੀ, ਤੈਨੂੰ ਸੂਟਾਂ ਲਾ ਕੇ ਆ ਕੇ ਤੈਨੂੰ ਛਾਂ ਲੱਭਦੀ ਹੈ ਨਾ। ਗਰਮੀ ਇੰਨੀ ਕਰਾਂ ਨਹੀਂ, ਬਾਹਰ ਨਾ ਨਿਕਲਿਓ, ਬੜਾ ਬੁਰਾ ਹਾਲ ਹੁੰਦਾ। ਪੀਓ ਪੀ ਕੇ ਵੀ ਕੋਈ ਫਾਇਦਾ ਨਹੀਂ ਹੋਇਆ, ਇਹਦੇ ਨਾਲੋਂ ਚੰਗਾ ਤੇ ਪਾਣੀ ਦੀ ਇੱਕ ਬੋਤਲ ਲੈ ਲੈਂਦੇ। ਹੱਥ ਕੰਨਾਂ ਨੂੰ ਲੱਗ ਕੇ ਬਾਹਰ ਆ ਗਏ। ਕੀ ਗੱਲ, ਜਿਹੜੇ ਵਿਚਾਰੇ ਬਾਹਰ ਜਿਹੜੇ ਰੋਜ਼ ਆਉਂਦੇ ਜਾਂਦੇ ਕੰਮ ਕਰ ਕਰਦੇ, ਉਹਨਾਂ ਦਾ ਕੀ ਬਣਦਾ। ਚਲੋ ਫਿਰ ਇੱਥੋਂ ਜਿਹੜਾ ਸਮਾਨ ਲੈਣਾ ਲੈ ਲਿਆ, ਹੁਣ ਸੂਟ ਲੈਣ ਚੱਲੀ। ਸਾਡੇ ਤੇ 2 ਮਿੰਟ 'ਚ ਹਾਲਤ ਖਰਾਬ ਹੋ ਗਈ। ਪਵੇ ਨਾ ਤੇ ਗੱਡੀ 'ਚ ਪਵੇ ਤੇ ਗੱਡੀ 2 ਘੰਟੇ ਲੱਗੀ ਹੋਵੇ ਧੁੱਪੇ, ਮੈਂ ਕਹਿੰਦਾ ਨਜ਼ਾਰਾ ਆ ਜਾਂਦਾ। ਇੱਥੇ ਤੇ ਬਣ ਜਾਂਦਾ ਦੁਬਈ, ਦੁਬਈ 'ਚ ਵੀ ਮੈਨੂੰ ਲੱਗਦਾ ਇੰਨੀ ਗਰਮੀ ਨਹੀਂ ਹੋਣੀ ਜਿੰਨੀ ਇੱਥੇ ਹੋ ਗਈ। ਹੁਣ ਬਹਿ ਜਾ, ਉਹ ਕੋਈ ਗੱਲ ਨਹੀਂ, ਏਸੀ ਲਾਤਾ ਆ, ਏਸੀ ਚੱਲਣ ਡਿਆ ਹੋਈ ਨੀ ਠੰਡੀ, ਬਾਰੀ ਬੰਦ ਕਰ ਫਿਰ ਹੀ ਕੂਲਿੰਗ ਹੋਊਗੀ। ਨਾਲੇ ਉਹ ਬੋਤਲ ਬਾਹਰ ਸੁੱਟ, ਗੱਡੀ ਦੇ ਵਿੱਚ ਗੰਦ ਨਹੀਂ ਪੈਣਾ ਚਾਹੀਦਾ, ਟੀ-ਸ਼ਰਟ ਸਭ ਕੁਛ ਬਾਹਰ ਡਸਟਬਿਨ 'ਚ। ਪਹੁੰਚ ਗਏ ਆਪਾਂ ਸੂਟ ਲੈਣ ਵਾਸਤੇ, ਲਾਈਏ ਸੂਟ ਹੁਣ। ਫਾਈਨਲੀ ਚਾਬੀ ਕਿੱਥੇ ਆ ਮੇਰੀ ਗੱਡੀ ਦੀ? ਗਵਾਤੀ ਜੇ ਆਈਓ, ਚਲ ਤੇ ਇਧਰ ਆ ਓਸਕਰ, ਇਹ ਨਹੀਂ ਉਹ ਛੱਡਦਾ ਯਾਰ। ਫਾਈਨਲੀ ਸੂਟ ਅਸੀਂ ਲੈ ਆਏ ਆ, ਗਰਮੀ ਬਾਹਰ ਬਹੁਤ ਜ਼ਿਆਦਾ ਸੀ, ਪਰ ਚਲੋ ਕੋਈ ਗੱਲ ਨਹੀਂ, ਉਹਨੂੰ ਆਪਾਂ ਸਾਈਡ ਤੇ ਰੱਖ ਕੇ ਵਿਖਾਉਣੇ ਆ ਸੂਟ ਜਿਹੜੇ ਹੁਣ ਮੈਂ ਸਵਾਏ ਆ ਆਪਣੇ ਡਿਜ਼ਾਈਨ ਕਰਕੇ। ਸਾਰੇ ਜਾਣੇ ਮੇਰੇ ਸੂਟਾਂ ਬਾਰੇ ਬਹੁਤ ਪੁੱਛਦੇ ਆ, ਤੇ ਉਹ ਮੈਂ ਥੋੜ੍ਹੇ ਡਿਜ਼ਾਈਨ ਕਰਾਉਂਦੀ ਹੁੰਦੀ ਆਪਣੇ ਹਿਸਾਬ ਨਾਲ। ਹੁਣ ਦਿੱਤਾ ਗਿਆ ਮੈਂ ਸੂਟ ਲਿਆ, ਤੇ ਇਹਦੀ ਮੈਂ ਚੁੰਨੀ ਆਪੇ ਡਿਜ਼ਾਈਨ ਕਰਾਈ ਆ, ਲੈਸ ਤੇ ਕੋਮਨ ਜੀ ਇਹ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ, ਠੀਕ ਆ। ਇਹਦੀ ਮੈਂ ਚੁੰਨੀ ਬਣਵਾਈ ਕਿ ਮੈਂ ਸਾਰੇ ਇਹਦੇ ਕਿਨਾਰਿਆਂ 'ਤੇ ਲੈਸ ਲਵਾ ਕੇ, ਅਤੇ ਇੱਕ ਵਧੀਆ ਜਿਹੀ ਚੁੰਨੀ ਬਣਵਾ ਲਈ ਜਿਹੜੀ ਕਿ ਤੁਸੀਂ ਬੜੀ ਈਜ਼ੀਲੀ ਬਣਵਾ ਸਕਦੇ ਜੀ। ਹਾਂਜੀ, ਅਤੇ ਅੱਗੇ ਇਹਦੇ ਨਾਲ ਦੀ ਬਣਾਈ ਮੈਂ ਫਰਾਕ, ਪਰ ਉਹ ਹਜੇ ਮੇਰੀ ਸੀਨ ਵਾਲੀ ਆਉਣੀ ਹੈ, ਅਤੇ ਆਹ ਮੈਂ ਸਲਵਾਰ ਬਣਵਾਈ ਇਹਦੇ ਨਾਲ, ਮਤਲਬ ਆਲ ਓਵਰ ਬਣਵਾਇਆ ਹੈ। ਨੈਕਸਟ ਨੈਕਸਟ ਤਾਂ ਬਹੁਤ ਸੋਹਣੀ ਆ, ਇਹਦਾ ਗਲਾ ਵੇਖਿਓ ਤੁਸੀਂ, ਚੈੱਕ ਕਰੋ ਗਲੇ ਦੇ ਮੈਂ ਡਾਇਮੰਡ ਲਵਾਇਆ, ਅਤੇ ਹਰ ਇੱਕ ਡਾਇਮੰਡ ਦਾ ਰੇਟ 1 ਲੱਖ ਵਾ। ਅਤੇ ਆਹ ਫਿਰ ਆਹ ਜਿਹੜੇ ਆ ਨਾ, ਵੈਸੇ ਮੈਂ ਐਮਾਜ਼ੋਨ ਤੋਂ ਮੰਗਾਏ ਸੀ, ਅਤੇ ਇਹ ਮਤਲਬ ਪਏ ਤਾਂ ਥੋੜ੍ਹੇ ਜਿਹੇ ਕੋਸਟਲੀ, ਚਲੋ ਇੰਨੇ ਵੀ ਨਹੀਂ ਠੀਕ ਠੀਕ ਜਿਹੇ ਪਏ ਸੀ, ਪਰ ਮੈਂ ਮੰਗਾਏ ਸੀ ਆਪਣੇ ਪਰਸ ਦੀ ਡੈਕੋਰੇਸ਼ਨ ਵਾਸਤੇ। ਪਰ ਫਿਰ ਮੈਂ ਸੋਚਿਆ ਵੀ ਸੂਟ ਨਾ ਵੀ ਬੜੇ ਸੋਹਣੇ ਲੱਗਣ ਡੇ, ਅਤੇ ਮੈਂ ਗਲੇ 'ਤੇ ਲਵਾ ਲਏ, ਅਤੇ ਸੋਹਣੇ ਲੱਗਣ ਡੇ ਹੁਣੇ ਮੈਨੂੰ ਲੱਗਦਾ। ਅਤੇ ਇਹਦੀਆਂ ਸਾਈਡਾਂ 'ਤੇ ਡਿਜ਼ਾਇਨ ਸੂਟ ਕਰਨਾ ਦਾ, ਇਹਦੀਆਂ ਸਾਈਡਾਂ 'ਤੇ ਸਮੋਸਾ ਲੈ ਸਿਲਵਾ ਲਈ, ਅਤੇ ਇਹਦੇ ਘੱਗਰੇ 'ਤੇ ਵੀ ਸਮੋਸਾ ਲੈ ਸਿਲਵਾ ਲਈ, ਅਤੇ ਸੂਟ ਮੈਂ ਬਣਾ ਲਿਆ ਇੱਕ ਗ੍ਰੇਟ ਜਿਹਾ, ਅਤੇ ਇਹਦਾ ਪਲਾਜ਼ੋ ਹਜੇ ਤਿਆਰ ਹੋਣ ਡਿਆ। ਚਲੋ ਪਲਾਜ਼ੋ ਤਾਂ ਸਿੰਪਲ ਆ, ਬਟ ਉੱਪਰ ਸੂਟ ਦੀ ਸ਼ਾਈਨ ਜੀ ਵਧੀਆ ਹੋਣੀ ਚਾਹੀਦੀ, ਇੱਦਾਂ ਤੁਸੀਂ ਆਪਣੇ ਸੂਟ ਨੂੰ ਤਿਆਰ ਕਰਾ ਸਕਦੇ ਜੇ, ਠੀਕ ਆ। ਅਤੇ ਅੱਗੇ ਉਹ ਮੈਂ ਵੈਸੇ ਚਲੋ ਪਾਇਆ ਤਾਂ ਨਹੀਂ ਸੀ, ਪਰ ਮੈਂ ਐਤਕੀ ਸਮਾਂ ਹੀ ਲਿਆ, ਅਤੇ ਸਾਰਿਆਂ ਨੇ ਕਹਿਣਾ ਚਿੱਟਾ ਆ, ਇਹ ਚਿੱਟਾ ਨਹੀਂ ਜੇ, ਇਹ ਆਫ ਵਾਈਟ ਸੂਟ ਜੇ ਜਿਹੜਾ ਮੈਂ ਤਿਆਰ ਕਰਾਇਆ ਵਾ ਬਣਵਾਇਆ ਹੈ। ਅਤੇ ਇਹਦੇ 'ਤੇ ਚਿੜੀਆਂ ਚੈਂਚਾਂ ਕਰਦੀਆਂ ਫਰਿੰਡੀਆਂ ਆ, ਚਿੜੀ ਨਹੀਂ ਆ
ਇਹ ਵਾ ਬੰਗਲਾ, ਠੀਕ ਆ ਬਗਲਾ, ਠੀਕ ਆ ਬਗਲਾ। ਤੇ ਇਹ ਵੀ ਸੂਟ ਮੇਰਾ ਬਹੁਤ ਹੀ ਵਧੀਆ, ਇਹਦੇ ਤੇ ਕੰਟਰਾਸਟ ਗ੍ਰੀਨ ਕਲਰ ਦਾ ਦੱਸਿਓ ਜ਼ਰੂਰ ਕਿੱਦਾਂ ਦਾ ਬਣਿਆ ਵਾ। ਇਹ ਵੀ ਮੈਨੂੰ ਬਹੁਤ ਹੀ ਵਧੀਆ ਜਿਹੜਾ ਸੂਟ ਲੱਗਾ ਆ। ਤੇ ਬਾਕੀ ਤੁਸੀਂ ਸੋਹਣਾ ਬਣਿਆ ਨਾ ਦੱਸਿਓ। ਵੈਸੇ ਮੈਂ ਸਵਾਉਂਦੀ ਨਹੀਂ ਹੁੰਦੀ, ਪਰ ਆਫ ਵਾਈਟ ਆ ਉਹ ਇਹ ਨਾ ਸਮਝਿਓ। ਤੇ ਇਹਦੇ ਨਾਲ ਦਾ ਜਿਹੜਾ ਪਲਾਜ਼ੋ ਆ ਉਹ ਵੀ ਮੈਂ ਆਪ ਡਿਜ਼ਾਇਨ ਕਰਾਇਆ। ਇਹਦੇ ਨਾ ਪਲਾਜ਼ੋ ਤੇ ਆ ਜਿਹੜੀ ਨਾ ਆਗ ਵਾਲੀ ਚੀਜ਼ ਕਰਵਾ ਲਈ, ਤੇ ਪਲਾਜ਼ੋ ਵੀ ਥੋੜ੍ਹਾ ਜਿਹਾ ਡਿਜ਼ਾਇਨਰ ਬਣ ਗਿਆ। ਇੱਦਾਂ ਤੁਸੀਂ ਆਪਣੇ ਕੱਪੜਿਆਂ ਨੂੰ ਡਿਜ਼ਾਇਨ ਕਰਵਾ ਸਕਦੇ ਜੀ, ਕਿਉਂਕਿ ਉਹ ਤੁਹਾਡੇ ਹੱਥ ਵਸ ਹੁੰਦਾ ਕਿ ਤੁਸੀਂ ਆਪਣੇ ਕੱਪੜੇ ਨੂੰ ਕਿੱਦਾਂ ਡਿਜ਼ਾਇਨ ਕਰਾਉਣਾ। ਮੈਂ ਤਾਂ ਇੱਦਾਂ ਕਰਾਇਆ। ਹੁਣ ਇੱਕ ਸੂਟ ਆ ਗਿਆ ਜੀ ਮੇਰਾ ਆ ਵਾਲਾ, ਠੀਕ ਆ। ਤੇ ਇਹਦਾ ਵੀ ਮੈਨੂੰ ਕਲਰ ਵੀ ਬੜਾ ਸੋਹਣਾ ਲੱਗਾ ਸੀ, ਇਹਦਾ ਕੰਟਰਾਸਟ ਜਿਹੜਾ ਫੁੱਲਾਂ ਦੇ ਉੱਤੇ ਆ ਘੇਰੇ ਘੂਰੇ 'ਤੇ ਹੋਇਆ ਵਾ ਆ ਵਾਲਾ, ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਲੱਗਾ ਸੀ ਮੈਨੂੰ, ਇਸ ਕਰਕੇ ਮੈਂ ਸਵਾ ਲਿਆ। ਅਤੇ ਕੱਪੜਾ ਨਵਾਂ ਹੀ ਪਤਾ ਨਹੀਂ ਟਿਸ਼ੂ ਜੇ ਦਾ ਕੋਈ ਆਇਆ ਵਾ। ਅਤੇ ਇਹਦੇ ਨਾਲ ਇਹਦਾ ਵੀ ਮੈਂ ਪਲਾਜ਼ੋ ਬਹੁਤ ਹੀ ਸੋਹਣਾ ਜਿਹੜਾ ਕਰਵਾਇਆ ਆਵੇ, ਇਹਦਾ ਪਲਾਜ਼ੋ ਮੈਂ ਇੱਦਾਂ ਬਣਵਾਇਆ। ਹੁਣ ਇਹ ਕਿਹੜਾ ਪਿੱਛੇ ਹੋਣਾ ਬਣੇ ਹੀ ਹੁੰਦੇ, ਆਪ ਹੀ ਬਣਵਾਉਣੇ ਹੁੰਦੇ ਆ, ਤੁਸੀਂ ਜਿੱਦਾਂ ਮਰਜ਼ੀ ਡਿਜ਼ਾਇਨ ਕਰਵਾਓ। ਅਤੇ ਆਹ ਪਲਾਜ਼ੋ ਮੈਂ ਆਪ ਇਹਦਾ ਡਿਜ਼ਾਇਨ ਕਰਵਾਇਆ ਸੀ, ਅਤੇ ਇਹ ਵੀ ਬਹੁਤ ਹੀ ਵਧੀਆ ਬਣਿਆ ਕੱਪੜਾ। ਆਹ ਵਾਈਟ ਜਿਹੜਾ ਸੂਟ ਆ ਉਹਦੀ ਚੁੰਨੀ ਆ, ਹੁਣ ਕਿਸੇ ਨਾ ਕਿਸੇ ਕੋਈ ਇੱਦਾਂ ਦਾ ਸੂਟ ਜ਼ਰੂਰ ਹੋਣਾ। ਕਿਸੇ ਨੇ ਕਹਿਣਾ ਦੀਦੀ ਮੇਰੇ ਕੋਲ ਵੀ ਇੱਦਾਂ ਦਾ ਸੂਟ ਹੈਗਾ ਹੈ। ਅਤੇ ਇਹਦੀ ਚੁੰਨੀ ਮੈਨੂੰ ਬਹੁਤ ਸੋਹਣੀ ਲੱਗੀ ਆ, ਆਵੇ ਲੈ ਕੇ ਵਖਾਉਂਦਾ ਸੋਹਣੀ ਲੱਗੀ ਨਾ ਇਹਦੀ 'ਚ। ਵੈਸੇ ਉਹਦੀ ਚਲੋ ਆਪਣੇ ਹਿਸਾਬ ਨਾਲ ਸੋਹਣੀ, ਇਹਦੀ ਆਪਣੇ ਹਿਸਾਬ ਨਾਲ ਸੋਹਣੀ, ਮਤਲਬ ਸਿੰਪਲ ਜਿਹੀ ਲੁੱਕ, ਸਿੰਪਲ ਜਿਹੀ ਐਮਬਰਾਇਡਰੀ, ਇੱਦਾਂ ਦੇ ਸੂਟ ਗਰਮੀਆਂ 'ਚ ਤੁਹਾਨੂੰ ਪਤਾ ਵਧੀਆ ਲੱਗਦੇ ਆ। ਅਤੇ ਜਿਹੜੇ ਤੁਸੀਂ ਪੁੱਛਦੇ ਰਹਿੰਦੇ ਜੇ ਵੀ ਸੂਟ ਕਿੱਥੋਂ ਸਵਾਉਂਦੇ ਕਿੱਥੋਂ ਸਵਾਉਂਦੇ, ਮੇਰਾ ਕੋਈ ਏਡੀ ਜਗ੍ਹਾ ਨਹੀਂ ਹੈਗੀ ਮੈਂ ਇੱਥੋਂ ਹੀ ਸਵਾਉਂਦੀ, ਮੈਂ ਬੁਟੀਕਾਂ ਤੋਂ ਬਣਵਾਉਂਦੀ ਨਹੀਂ। ਬਸ ਮੈਂ ਸੂਟ ਲੈਣ ਜਾਂਦੀ ਹਾਂ ਦੁਕਾਨ ਤੋਂ, ਅਤੇ ਮਤਲਬ ਕੁਛ ਇਹੋ ਜਿਹੀ ਪਸੰਦ ਹੁੰਦੀ ਕਈ ਵਾਰੀ ਵੀ ਜਿਹੜੀ ਆਪਾਂ ਪਹਿਲੀ ਵਾਰੀ ਪਾ ਲੈਂਦੇ। ਮੈਂ ਅਸਲ 'ਚ ਨਾ ਟ੍ਰੈਂਡਿੰਗ ਦੇ ਹਿਸਾਬ ਨਾਲ ਥੋੜ੍ਹਾ ਘੱਟ ਚੱਲਦੀ ਨਹੀਂ ਕਿ ਜੇ ਮੈਂ ਵੇਖਾਂ ਵੀ ਹਾਏ ਉਹਨੇ ਉੱਦਾਂ ਦਾ ਸੂਟ ਪਾਇਆ ਮੈਂ ਵੀ ਉੱਦਾਂ ਦਾ ਸੂਟ ਪਾ ਲਾਂ, ਉਹਨੇ ਉੱਦਾਂ ਦਾ ਪਾਇਆ, ਮੇਰਾ ਐਂ ਨਹੀਂ ਹੁੰਦਾ। ਮੇਰੇ ਵੱਲੋਂ ਸਾਰਾ ਟ੍ਰੈਂਡ ਚੱਲ ਜੇ ਮੈਂ ਫਿਰ ਵੀ ਉਹ ਉਦੋਂ ਸੂਟ ਸਵਾਉਂਗੀ ਜਦੋਂ ਕਿਸੇ ਨੇ ਨਹੀਂ ਪਾਇਆ ਹੁੰਦਾ। ਕਈ ਵਾਰੀ ਸੂਟ ਰਲ ਮਿਲ ਜਾਂਦੇ ਆ, ਪਰ ਜਿਹੜੇ ਹਿਸਾਬ ਨਾਲ ਤੁਸੀਂ ਕਹਿੰਦੇ ਜੇ ਤੁਹਾਡੇ ਸੂਟ ਦੀ ਚੋਇਸ ਵਧੀਆ ਹੈ ਸੋਹਣੇ ਆ, ਅਤੇ ਮੈਨੂੰ ਲੱਗਦਾ ਕਿ ਚਲੋ ਥੋੜ੍ਹੇ ਜਿਹੇ ਤਾਂ ਅਲੱਗ ਹੁੰਦੇ ਸਾਰਿਆਂ ਨਾਲੋਂ। ਸੱਚ ਇਹਦੇ ਆਹ ਲੱਗਾ ਸਾਈਡਾਂ 'ਤੇ, ਠੀਕ ਆ। ਅਤੇ ਹੁਣ ਲੈ ਆਈਏ ਆਪਾਂ ਆਪਣੀ ਦੂਜੀ ਫਰਾਕ ਵੀ ਜਿਹੜੀ ਇਹਦੇ ਨਾਲ ਬਣਾਈ ਉਹ ਰਹਿ ਗਈ ਸੀ, ਅਤੇ ਇਹਦਾ ਪਲਾਜ਼ੋ ਰਹਿ ਗਿਆ ਸੀ, ਅਤੇ ਉਹਦਾ ਡਿਜ਼ਾਇਨ ਵੀ ਮੈਂ ਤੁਹਾਨੂੰ ਦਿਖਾਉਂਗੀ। ਹੁਣ ਮੈਂ ਉਹਨੂੰ ਲੈਣ ਚੱਲੀ ਕਿਉਂਕਿ ਉਹ ਹਜੇ ਬਣੇ ਨਹੀਂ,